ਓਸ਼ੋ ਜੋ ਉਹਦੀ ਮਰਜ਼ੀ ਅਸੀਂ ਕਹਿੰਦੇ ਹਾਂ। ਇਸੇ ਲਈ ਭਾਰਤ ਦੀ ਅਜਿਹੀ ਦੁਰਗਤੀ ਹੋਈ। ਭਾਰਤ ਦੀ ਦੁਰਗਤੀ 'ਚ ਇਹ ਹੱਥ ਹੈ ਕਿ ਅਸੀਂ ਸੰਤੋਖ ਕਰ ਲਿਆ ਸਾਰਿਆਂ ਦੇ ਪ੍ਰਤੀ, ਆਪਣੇ ਲਈ ਨਹੀਂ। ਇਸ ਲਈ ਭਾਰਤ ਗਰੀਬ ਹੈ, ਦੀਨ ਹੈ, ਬਿਮਾਰ ਹੈ, ਸਭ ਠੀਕ ਹੈ। ਅਸੀਂ ਕਹਿੰਦੇ ਹਾਂ ਜਿੱਥੇ ਆਪਣਾ ਸਵਾਲ ਆਉਂਦਾ ਉੱਥੇ ਅਸੀਂ ਉਹਦੀ ਮਰਜ਼ੀ ਨਹੀਂ ਮੰਨਦੇ, ਉੱਥੇ ਅਸੀਂ ਪੂਰਾ ਸੰਘਰਸ਼ ਕਰਦੇ ਹਾਂ। ਸਾਡੇ ਸੰਘਰਸ਼ ਦੇ ਕਾਰਨ ਮੁਲਕ ਹੋਰ ਦੀਨ ਦਰਿੱਦਰ ਹੁੰਦਾ ਜਾਂਦਾ ਹੈ, ਤਾਂ ਅਸੀਂ ਸੰਤੋਖ ਰੱਖਦੇ ਹਾਂ ਕਿ ਜਿਹਦੇ ਭਾਗ 'ਚ ਜੋ ਲਿਖਿਆ ਹੈ ਸਭ ਪਰਮਾਤਮਾ ਦੀ ਮਰਜ਼ੀ ਹੈ। ਉਸੇ ਨੇ ਅਮੀਰ ਨੂੰ ਅਮੀਰ ਬਣਾਇਆ, ਗਰੀਬ ਨੂੰ ਗਰੀਬ ਬਣਾਇਆ, ਸਾਨੂੰ ਅਮੀਰ ਬਣਾਇਆ, ਉਹਨੂੰ ਗਰੀਬ ਬਣਾਇਆ, ਸਾਨੂੰ ਮਾਲਕ ਬਣਾਇਆ, ਉਹਨੂੰ ਗੁਲਾਮ ਬਣਾਇਆ। ਅਸੀਂ ਬਿਲਕੁਲ ਸੰਤੁਸ਼ਟ ਹਾਂ। ਗੁਲਾਮ ਦੀ ਜ਼ਿੰਦਗੀ ਨੂੰ ਬਦਲਣ, ਗਰੀਬ ਦੀ ਜ਼ਿੰਦਗੀ ਨੂੰ ਬਦਲਣ ਦੇ ਲਈ ਸਾਡੇ ਅੰਦਰ ਕੋਈ ਦਇਆ ਨਹੀਂ। ਦਇਆ ਅਸੀਂ ਸਾਰੀ ਆਪਣੇ ਉੱਪਰ ਖਰਚ ਕਰ ਦਿੰਦੇ ਹਾਂ। ਦੇਖੋ, ਸ਼ਬਦ ਦੋਵੇਂ ਕੀਮਤੀ ਹੈ, ਪਰ ਜੇਕਰ ਉਹਨਾਂ ਦਾ ਰੁੱਖ ਤੁਸੀਂ ਬਦਲ ਦਿਓ ਤਾਂ ਖਤਰਾ ਹੁੰਦਾ ਹੈ। ਜੇਕਰ ਅਸੀਂ ਆਪਣੇ ਲਈ ਸੰਤੋਖ ਕਰ ਸਕੇ ਤਾਂ ਜੀਵਨ 'ਚ ਪਰਮ ਸ਼ਾਂਤੀ ਹੋਏਗੀ, ਅਸੀਂ ਭਰੇ ਪੂਰੇ ਹੋਵਾਂਗੇ। ਅਤੇ ਦੂਜੇ 'ਤੇ ਦਇਆ ਕਰ ਸਕੇ ਤਾਂ ਸੇਵਾ ਦਾ ਜਨਮ ਹੋਏਗਾ। ਦੂਜੇ ਉੱਤੇ ਦਇਆ ਕਰ ਸਕੇ ਤਾਂ ਜੀਵਨ 'ਚ ਪੁੰਨ, ਪ੍ਰਾਰਥਨਾ ਅਤੇ ਆਰਾਧਨਾ ਹੋ ਸਕੇਗੀ। ਦੂਜੇ 'ਤੇ ਦਇਆ ਕਰ ਸਕੀਏ ਤਾਂ ਉਹੀ ਸਾਡਾ ਪਰਮਾਤਮਾ ਦੇ ਵੱਲ ਜਾਣ ਦਾ ਰਾਹ ਬਣ ਜਾਏਗਾ। ਜੇਕਰ ਸਿਰਫ ਦੂਜੇ 'ਤੇ ਦਇਆ ਕੀਤੀ ਅਤੇ ਆਪਣੇ 'ਤੇ ਸੰਤੋਖ ਨਾ ਰੱਖਿਆ ਤਾਂ ਤੁਸੀਂ ਇੱਕ ਸਮਾਜ ਸੁਧਾਰਕ ਹੋ ਸਕਦੇ ਹੋ, ਪਰ ਧਾਰਮਿਕ ਨਹੀਂ ਹੋ ਪਾਓਗੇ। ਸਿਰਫ ਆਪਣੇ 'ਤੇ ਸੰਤੋਖ ਰੱਖਿਆ, ਦੂਜੇ 'ਤੇ ਦਇਆ ਨਾ ਕੀਤੀ ਤਾਂ ਤੁਸੀਂ ਇੱਕ ਮੁਰਦਾ ਸਾਧੂ ਹੋ ਜਾਓਗੇ, ਪਰ ਤੁਹਾਡਾ ਜੀਵਨ ਗੁਆਚ ਜਾਏਗਾ। ਬਹੁਤ ਸਾਰੇ ਲੋਕ ਹਨ ਜੰਗਲਾਂ 'ਚ ਭੱਜ ਗਏ ਹੈ, ਬਿਲਕੁਲ ਸੰਤੁਸ਼ਟ ਹਨ, ਪਰ ਦਇਆ ਉਹਨਾਂ 'ਚ ਬਿਲਕੁਲ ਨਹੀਂ ਹੈ, ਦਇਆ ਦਾ ਭਾਵ ਨਹੀਂ ਹੈ। ਤਾਂ ਆਪਣਾ ਸੁੱਖ ਤਾਂ ਉਹਨਾਂ ਨੇ ਲੱਭ ਲਿਆ, ਪਰ ਬਹੁਤ ਗੂੜ੍ਹੇ ਸਵਾਰਥੀ ਲੱਗਦੇ ਹੈ। ਦੂਜੇ ਉੱਤੇ ਕੋਈ ਦਇਆ ਦਾ ਭਾਵ ਨਹੀਂ ਅਤੇ ਦੂਜੇ ਉੱਤੇ ਉਹਨਾਂ ਦੀ ਨਜ਼ਰ ਬੜੀ ਕਠੋਰ ਹੈ। ਧੰਨਵਾਦ।